आओ गुरु प्यारी साध संगत साहिब दी पवित्र बाणी दे नाल जुड़िए। मेरे साहेब तू मेहमान निमाणी अरदास करी प्रभ अपने आगे सुन सुन जीवां तेरी बाणी। आओ साहिब पवित्र शब्द दे नाल गावया सुनिया तिनका हर थाई पावे जिन सतगुर की आग्या सत सत कर मानी। गावीए सुनिए मन रखिए भाव मन विच भाव प्रेम रख के साहब जी बाणी गाइए ते सुनिए ते जिन्ना ने मन विच भाव प्रेम रख के श्रद्धा भावना प्रेम रख के बाणी नू गाया सुनिया। मेरे साहब जी आखदे ने गावीए सुनिए मन रखिए भाव दुख पर हर सुख कर ले जाए। आओ सर पवित्र बाणी दे नाल जुड़िए। सुन सुन जीवां तेरी बाणी सुन सुन जीवां तेरी बाणी सुन सुन जीवां तेरी बाणी सुन सुन जीवां तेरी बाणी। Yeah.
जिस ऊपर करते सो तुझ सदा ध्याए। सो तुझ सदा ध्याए। सुन सुन जीवन तेरी बाणी, सुन सुन जीवन तेरी बाणी, सुन सुन जीवन तेरी बाणी, सुन सुन जीवन तेरी बाणी। Jeevan Teri Bani,
ਕਰ ਜੋੜ ਮੰਗੂ ਇੱਕ ਦਾਨਾ ਕਿਹੜਾ ਦਾਨ ਮੰਗਿਆ ਹੈ ਇਹ ਮਾਲਕ ਦੋ ਹੱਥ ਜੋੜ ਕੇ ਤੇਰੇ ਪਾਸੋਂ ਦਾਨ ਮੰਗਦਾ ਪਰ ਜੇ ਤੂੰ ਤੁੱਠੇ ਤਾਂ ਦੀ ਪ੍ਰਾਪਤ ਕਰ ਸਕਦਾ ਮੇਰਾ ਮਾਲਕ ਤੁੱਠ ਜਾਏ ਤੁੱਠ ਕੇ ਦੇਵੇ ਕਿਹੜੀ ਦਾਤ ਮੰਗੀ ਕਹਿੰਦੇ ਸਾਸ ਸਾਸ ਨਾਨਕ ਅਰਾਧੇ ਹਰ ਸਵਾਸ ਸਵਾਸ ਦੇ ਨਾਲ ਇਹ ਮਾਲਕ ਤੇਰੇ ਨਾਮ ਦੀ ਅਰਾਧਨਾ ਕਰਾਂ ਆਠ ਪੈਰ ਗੁਣ ਗਾਵਾਂ ਅੱਠੇ ਪੈਰ ਪਿਆਰ ਵਿੱਚ ਤੇਰੇ ਗੁਣ ਗਾਉਂਦਾ ਰਵਾਂ ਕਿਉਂਕਿ ਗਾਇਆ ਹੀ ਪਿਆਰ ਵਿੱਚ ਜਾਂਦਾ ਹੈ ਜਦੋਂ ਮਨ ਖੁਸ਼ ਹੁੰਦਾ ਤੇ ਜੀਵ ਗਾਉਂਦਾ ਤੇ ਮੇਰੇ ਸਤਿਗੁਰੂ ਪਾਤਸ਼ਾਹ ਪਵਿੱਤਰ ਬਾਣੀ ਅੰਦਰ ਆਖਦੇ ਮੇਰੇ ਮਾਲਕ ਮੇਰੇ ਤੇ ਕਿਰਪਾ ਕਰ ਬਖਸ਼ਿਸ਼ ਕਰ ਨਾਮ ਦੀ ਦਾਤ ਦੇ ਤਾਂ ਕਿ ਤੇਰੇ ਚਰਨਾਂ ਦੇ ਨਾਲ ਅੱਠੇ ਪੈਰ ਜੁੜਿਆ ਰਵਾਂ ਤੇਰੇ ਗੁਣ ਗਾਉਂਦਾ ਰਵਾਂ ਇਹ ਕਿਰਪਾ ਕਰ ਬਖਸ਼ਿਸ਼ ਕਰ ਦੋ ਕਰ ਜੋੜ ਦੋ ਹੱਥ ਜੋੜ ਕੇ ਮੰਗੂ ਇੱਕ ਦਾਨਾ ਸਾਹਿਬ ਤੁੱਠੇ ਪਾਵਾਂ ਸਾਸ ਸਾਸ ਨਾਨਕ ਅਰਾਧੇ ਆਠ ਪੈਰ ਗੁਣ ਗਾਵਾਂ ਤੇਰੇ ਗੁਣ ਗਾਉਂਦਾ ਰਵਾਂ ਮਾਲਕ ਜਾਨਾ ਦਿਓ ਥਿਓ ਘਰ ਹਰ ਕੇ ਚਰਨ ਨਿਦਾਨ ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧਨੋ ਮੰਗੇ ਦਾਨ ਮੈਂ ਤੈਨੂੰ ਹੀ ਦਾਨ ਵਿੱਚ ਮੰਗ ਰਹੀ ਹੈ ਉਹ ਜਿੱਥੇ ਤੂੰ ਆਪ ਆ ਜਾਣਾ ਹੈ ਨਾ ਜਿੱਥੇ ਤੇਰਾ ਨਾਮ ਹੈ ਨਾਮੀ ਉੱਥੇ ਹੀ ਹੁੰਦਾ ਹੈ ਜਿੱਥੇ ਤੂੰ ਆਪ ਆ ਜਾਣਾ ਹੈ ਕਿ ਉੱਥੇ ਕੋਈ ਕਮੀ ਰਹਿੰਦੀ ਕੋਈ ਤੋੜ ਰਹਿੰਦੀ ਹੈ ਜਿੱਥੇ ਤੂੰ ਆਪ ਵਸ ਜਾਏ ਸਾਹਿਬ ਜੀ ਆਖਦੇ ਨੇ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਅਕਾਲ ਪੁਰਖ ਜਿੱਥੇ ਵਸ ਗਿਆ ਜਿਸ ਹਿਰਦੇ ਵਿੱਚ ਵਸ ਗਿਆ ਉਸ ਸਾਰੀਆਂ ਹੀ ਭੁੱਖਾਂ ਮਿਟ ਗਈਆਂ ਦੋਏ ਕਰ ਜੋੜ ਮੰਗੂ ਇੱਕ ਦਾਨਾ ਸਾਹਿਬ ਤੁੱਠੇ ਪਾਵਾਂ ਜੇ ਤੂੰ ਤੁੱਠ ਕੇ ਦੇਵੇਂ ਪ੍ਰਸੰਨ ਹੋ ਕੇ ਖੁਸ਼ ਹੋ ਕੇ ਦੇਵੇਂ ਭਾਈ ਗੋਪਾਲੇ ਨੇ ਖੁਸ਼ ਹੋ ਕੇ ਕੀ ਦੇਣਾ ਚਾਹੁੰਦੇ ਸਨ ਮੇਰੇ ਸਤਿਗੁਰੂ ਛੇਵੇਂ ਪਾਤਸ਼ਾਹ ਆਖਦੇ ਨੇ ਸਾਨੂੰ ਕੋਈ ਜਪੁਜੀ ਸਾਹਿਬ ਦਾ ਸ਼ੁੱਧ ਪਾਠ ਸ਼ੁੱਧ ਉਚਾਰਨ ਕਰੇ ਸ਼ਰਧਾ ਭਾਵਨਾ ਦੇ ਨਾਲ ਬਾਣੀ ਪੜ੍ਹੇ ਕੋਈ ਐਸਾ ਸਿੱਖ ਹੈ ਜਿਹੜਾ ਸਾਨੂੰ ਜਪੁਜੀ ਸਾਹਿਬ ਦਾ ਪਾਠ ਸੁਣਾਵੇ ਸੁਣ ਸੁਣ ਜੀਵਾਂ ਤੇਰੀ ਬਾਣੀ ਇਹ ਨਿਰੰਕਾਰ ਤੇਰੀ ਬਾਣੀ ਸੁਣ ਕੇ ਮੈਂ ਜਿਉਂਦਾ ਹਾਂ ਤੇ ਸਤਿਗੁਰ ਛੇਵੇਂ ਪਾਤਸ਼ਾਹ ਜੀ ਨੇ ਪਿਆਰ ਵਿੱਚ ਸਿੱਖਾਂ ਨੂੰ ਬੇਨਤੀ ਕੀਤੀ ਹੁਕਮ ਨਹੀਂ ਬੇਨਤੀ ਕੀਤੀ ਉੱਥੇ ਭਾਈ ਸਾਨੂੰ ਸਾਡਾ ਮਨ ਚਾਹੁੰਦਾ
ਵੀ ਜਬਰੀ ਸਾਹਿਬ ਦਾ ਪਾਠ ਸੁਣੀਏ ਹੁਣ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਸਾਨੂੰ ਕੋਈ ਜਪਜੀ ਸਾਹਿਬ ਦਾ ਪਾਠ ਸੁਣਾਵੇ ਤੇ ਸਾਰਿਆਂ ਨੇ ਸੀਸ ਝੁਕਾ ਲਏ ਕਿਉਂਕਿ ਸਮਰੱਥ ਗੁਰੂ ਅੱਗੇ ਜਪਜੀ ਸਾਹਿਬ ਦਾ ਪਾਠ ਸੁਣਾਉਣਾ ਗੁਰੂ ਨੂੰ ਬੜਾ ਕਠਿਨ ਸੀ ਬੜਾ ਔਖਾ ਸੀ ਉਸ ਸਮੇਂ ਪਰ ਉੱਠਿਆ ਪਿਆਰ ਵਾਲਾ ਸਿੱਖ ਭਾਈ ਗੋਪਾਲਾ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰ ਪਾਤਸ਼ਾਹ ਜੇ ਆਪ ਮਿਹਰ ਭਰਿਆ ਸਿਰ ਤੇ ਹੱਥ ਰੱਖੋ ਤਾਂ ਇਹ ਦਸਰਾ ਆਪ ਜੀ ਨੂੰ ਜਪਜੀ ਸਾਹਿਬ ਦਾ ਪਾਠ ਸੁਣਾ ਸਕਦਾ ਹੈ ਆਪ ਦਾ ਮਿਹਰ ਭਰਿਆ ਸਿਰ ਤੇ ਹੱਥ ਹੋਣਾ ਚਾਹੀਦਾ ਕਿਉਂਕਿ ਬਾਣੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਾਣੀ ਪਰਮੇਸ਼ਰ ਦੀ ਬਾਣੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਸਾਰੀਆਂ ਚਿੰਤਾਵਾਂ ਨੂੰ ਦੁੱਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ ਤੇ ਭਾਈ ਗੋਪਾਲਾ ਜੀ ਉੱਠੇ ਦੋ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰ ਪਾਤਸ਼ਾਹ ਸਾਹਿਬ ਉੱਠੇ ਹੋ ਤਾਂ ਕਿਰਪਾ ਕਰੋ ਮੇਰ ਭਰਿਆ ਸਿਰ ਤੇ ਹੱਥ ਰੱਖੋ ਤਾਦੀ ਜਪਜੀ ਸਾਹਿਬ ਦਾ ਪਾਠ ਮੈਂ ਕਰ ਸਕਦਾ ਹੈ ਤੇ ਮੇਰੇ ਸਤਿਗੁਰ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਆਖਿਆ ਸੋਹਣਾ ਆਸਨ ਲਗਾਓ ਭਾਈ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਸੁਣਾਉਣਾ ਹੈ ਆਪਾਂ ਨੂੰ ਸੋਹਣਾ ਆਸਨ ਮੰਗਾਇਆ ਤੇ ਜਿਸ ਆਸਨ ਤੇ ਪਾਤਸ਼ਾਹ ਬੈਠੇ ਸਨ ਨਾ ਉਸ ਤੋਂ ਉੱਚਾ ਆਸਨ ਲਗਾ ਦਿੱਤਾ ਸਾਹਿਬ ਨੇ ਵੀ ਜਪਜੀ ਸਾਹਿਬ ਦਾ ਮੇਰੇ ਗੁਰੂ ਨਾਨਕ ਦੀ ਬਾਣੀ ਦਾ ਪਾਠ ਕਰਨਾ ਹੈ ਤੇ ਉਸ ਆਸਨ ਤੇ ਭਾਈ ਸਾਹਿਬ ਨੂੰ ਬਿਠਾਇਆ ਤੇ ਆਖਿਆ ਭਾਈ ਸਾਹਿਬ ਜੀ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸ਼ੁੱਧ ਉਚਾਰਨ ਕਰਦੇ ਹੋਏ ਜਪਜੀ ਸਾਹਿਬ ਦਾ ਪਾਠ ਸੁਣਾਇਓ ਤੇ ਭਾਈ ਸਾਹਿਬ ਜੀ ਨੇ ਜਦੋਂ ਪਾਠ ਆਰੰਭ ਕਰਨਾ ਸੀ ਸਾਹਿਬ ਨੇ ਇੱਕ ਹੋਰ ਬਚਨ ਕੀਤਾ ਜੋ ਮੰਗੋਗੇ ਸੋ ਮਿਲੇਗਾ ਜੋ ਵੀ ਮੰਗੋਗੇ ਮਿਲ ਜਾਏਗਾ ਸਭ ਕੁਛ ਤੇ ਭਾਈ ਸਾਹਿਬ ਜੀ ਨੇ ਪਾਠ ਆਰੰਭ ਕੀਤਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਤੇ ਬੜੇ ਪਿਆਰ ਵਿੱਚ ਪਾਠ ਕਰੀ ਜਾ ਰਹੇ ਨੇ ਭਾਈ ਸਾਹਿਬ ਤੇ ਪਾਠ ਕਰਦਿਆਂ ਐਸਾ ਸਾਹਿਬ ਜੀ ਦਾ ਮਨ ਬਾਣੀ ਵਿੱਚ ਜੁੜਿਆ ਸੰਗਤਾਂ ਦਾ ਮਨ ਜੁੜਿਆ ਚਿਮ ਚਿਮ ਵਰਸਾ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਪਿਆਰ ਵਿੱਚ ਪਾਠ ਕਰੀ ਜਾ ਰਹੇ ਨੇ ਤੇ ਜਦੋਂ ਪਹੁੰਚੇ ਨੇ ਨਾ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਇ ਦਾਈ ਦਾਇਆ ਖੇਲਾ ਸਗਲ ਜਗਤ ਤੇ ਉਧਰੋਂ ਤਾਂ ਪਾਠ ਕਰੀ ਜਾ ਰਹੇ ਸਨ ਤੇ ਇੱਧਰ ਸਤਿਗੁਰ ਪਾਤਸ਼ਾਹ ਜਿਸ ਆਸਨ ਤੇ ਬੈਠੇ ਸਨ ਨਾ ਪਾਤਸ਼ਾਹ ਥੋੜਾ ਥੋੜਾ ਪਾਸੇ ਹਟ ਗਏ ਸਨ ਤੇ ਸੰਗਤਾਂ ਦੇਖ ਰਹੀਆਂ ਸਨ ਸੰਗਤਾਂ ਦਰਸ਼ਨ ਕਰ ਰਹੀਆਂ ਸਨ ਪਾਠ ਸੁਣ ਰਹੀਆਂ ਸਨ ਤੇ ਹੈਰਾਨ ਵੀ ਹੋ ਰਹੀਆਂ ਸਨ ਵੀ ਇਹ ਕੀ ਸਾਹਿਬ ਦੇ ਕੌਤਕ ਨੇ ਵੀ ਸਿੱਖ ਪਾਠ ਕਰ ਰਹੇ ਹੈ ਸਾਹਿਬ ਜੀ ਸਰਵਣ ਵੀ ਕਰ ਰਹੇ ਨੇ ਤੇ ਆਸਨ ਤਾਂ ਥੋੜਾ ਜਿਹਾ ਪਾਸੇ ਕਿਉਂ ਹਟ ਗਏ ਜਿੱਥੇ ਬੈਠੇ ਸਨ ਪਾਤਸ਼ਾਹ ਤੇ ਜਦੋਂ ਆ ਸਲੋਕ ਪੜ੍ਹਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਵਿਦਾਈ ਦਾਇਆ ਖੇਲਾ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੀ ਨੇੜੇ ਕੀ ਦੂਰ ਤੇ ਇੱਥੇ ਦੇ ਭਾਈ ਸਾਹਿਬ ਦੇ ਮਨ ਵਿੱਚ ਖਿਆਲ ਆ ਗਿਆ ਆ ਦੋ ਘੋੜੇ ਭੇਟਾ ਕੀਤੇ ਨੇ
ਕਾਬਲ ਵੱਲੋਂ ਆਏ ਹੋਏ ਨੇ, ਬੜੇ ਸੋਹਣੇ ਘੋੜੇ ਨੇ ਜੀ। ਪਾਤਸ਼ਾਹ ਨੇ ਆਖਿਆ ਜੋ ਮੰਗੇਗਾ ਉਹ ਹੀ ਮਿਲੇਗਾ। ਕਿਉਂ ਨਾ ਘੋੜਾ ਹੀ ਮੈਨੂੰ ਦੇ ਦੇਣ, ਇੱਕ ਦੋਨਾਂ ਵਿੱਚ ਇੱਕ ਘੋੜਾ ਮੈਨੂੰ ਦੇ ਦੇਣ। ਸਿੱਖ ਨੇ ਪਾਠ ਦੀ ਸਮਾਪਤੀ ਕੀਤੀ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੇ ਦੋ ਹੱਥ ਜੋੜ ਕੇ ਭਾਈ ਸਾਹਿਬ ਦੇ ਚਰਨਾਂ ਚ ਅਰਦਾਸ ਬੇਨਤੀ ਕਰਨ ਲੱਗੇ। ਸਤਿਗੁਰ ਪਾਤਸ਼ਾਹ ਪਾਠ ਕਰਦਿਆਂ ਅਨੇਕਾਂ ਹੀ ਭੁੱਲਾਂ ਚੁੱਕਾਂ ਗਲਤੀਆਂ ਹੋ ਗਈਆਂ ਹੋਣਗੀਆਂ, ਮਾਫ ਕਰ ਦੇਣਾ ਪਾਤਸ਼ਾਹ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹ ਸਕਾਂ, ਮੇਰ ਭਰਿਆ ਸਿਰ ਤੇ ਹੱਥ ਰੱਖਣਾ। ਤੇ ਸਤਿਗੁਰ ਪਾਤਸ਼ਾਹ ਜੀ ਨੇ ਭਾਈ ਸਾਹਿਬ ਭਾਈ ਗੋਪਾਲਾ ਜੀ ਨੂੰ ਆਪਣੇ ਗਲ ਨਾਲ ਲਗਾ ਲਿਆ, ਬੜਾ ਪਿਆਰ ਦਿੱਤਾ। ਹਾਂ ਸਿੱਖਾ, ਕੀ ਮਨ ਦੀ ਇੱਛਾ ਹੈ? ਤੂੰ ਬੜੇ ਪਿਆਰ ਦੇ ਨਾਲ ਪਾਤਸ਼ਾਹ ਨੂੰ ਸੁਣਾਇਆ, ਸੰਗਤਾਂ ਪ੍ਰਸੰਨ ਹੋ ਰਹੀਆਂ, ਖੁਸ਼ ਹੋਈਆਂ ਸੰਗਤਾਂ। ਤੇ ਜਦੋਂ ਸੰਗਤਾਂ ਖੁਸ਼ ਹੋਣ ਤੇ ਸਤਿਗੁਰ ਪ੍ਰਸੰਨ ਖੁਸ਼ ਹੁੰਦੇ ਨੇ, ਪ੍ਰਸੰਨ ਹੁੰਦੇ ਨੇ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਕੀ ਚਾਹੁੰਦਾ ਹੈ ਸਿੱਖਾ? ਤੇ ਜਿਹੜੇ ਮਨ ਦੀ ਇੱਛਾ ਸੀ ਨਾ, ਜੋ ਮਨ ਦੀ ਇੱਛਾ ਸੀ ਭਾਈ ਸਾਹਿਬ ਦੀ, ਉਹ ਆਖ ਸੁਣਾਈ। ਸਤਿਗੁਰ ਪਾਤਸ਼ਾਹ ਜੇ ਤੁੱਠੇ ਹੋ ਤਾਂ ਘੋੜਾ ਦੇ ਦਿਓ, ਜਿਹੜਾ ਕਿਸੇ ਪਿਆਰ ਵਾਲੇ ਨੇ ਭੇਟਾ ਕੀਤਾ ਉਹ ਘੋੜਾ ਮੈਨੂੰ ਦੇ ਦਿਓ। ਆਪਣੀ ਹਾਲਤ ਵੀ ਐਸੀ ਹੋਈ ਹੈ ਕੁਛ। ਸਤਿਗੁਰ ਪਾਤਸ਼ਾਹ ਪਤਾ ਨੇ ਕੀ ਪ੍ਰਸੰਨ ਹੋ ਕੇ, ਜਦੋਂ ਸਿੱਖ ਬਾਣੀ ਦੇ ਨਾਲ ਜੁੜਦਾ ਹੈ ਨਾ, ਆ ਜਦੋਂ ਅੰਦਰ ਆ ਰਹੇ ਸਨ, ਜਗ੍ਹਾ ਨਹੀਂ ਬੈਠਣ ਵਾਸਤੇ, ਸੰਗਤਾਂ ਬਾਣੀ ਦੇ ਨਾਲ ਜੁੜੀਆਂ ਹੋਈਆਂ ਨੇ, ਕਿਉਂਕਿ ਸਮਝਾ ਦਿੱਤਾ ਮਾਤਾ ਜੀ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਮਹਾਂਪੁਰਸ਼ ਧੰਨ ਧੰਨ ਬਾਬਾ ਆਨੰਦ ਸਿੰਘ ਜੀ, ਉਹ ਵੀ ਇਹੀ ਕਿਹਾ ਕਰਦੇ ਸਨ, ਇਹੀ ਬਚਨ ਕਰਦੇ ਸਨ, ਭਾਈ ਜੇ ਚਾਹੁੰਦੇ ਹੋ ਵੀ ਗੁਰੂ ਨਾਨਕ ਤੁਹਾਡੀ ਬਾਂਹ ਪਕੜ ਕੇ ਰੱਖੇ ਤੇ ਫਿਰ ਬਾਣੀ ਦਾ ਪੱਲਾ ਕਦੀ ਨਾ ਛੱਡਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਦਾ ਆਪਦੀ ਬਾਂਹ ਪਕੜ ਕੇ ਰੱਖੇਗਾ, ਕਦੀ ਬਾਂਹ ਨਹੀਂ ਛੱਡੇਗਾ ਜੇ ਬਾਣੀ ਦੇ ਨਾਲ ਜੁੜੇ ਰਹੋਗੇ ਤਾਂ। ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨਵੇਂ ਤਾਰਾ। ਗੁਰੂ ਕੇ ਚਰਨ ਸਾਹਿਬ ਦੀ ਬਾਣੀ, ਬੜੇ ਪ੍ਰਸੰਨ ਹੋਏ ਸਤਿਗੁਰ ਪਾਤਸ਼ਾਹ ਭਾਈ ਗੋਪਾਲਾ ਜੀ ਤੇ। ਜਪਜੀ ਸਾਹਿਬ ਦਾ ਪਾਠ ਜੋ ਸੁਣਾਇਆ ਤੇ ਆਖਿਆ ਸਿੱਖਾਂ ਨੂੰ, ਜਾਓ ਕਾਠੀ ਸਮੇਤ ਸੋਨੇ ਦੀ ਕਾਠੀ ਚੜ੍ਹਾ ਕੇ ਇਸ ਗੁਰਸਿੱਖ ਨੂੰ ਲਿਆ ਕੇ ਘੋੜਾ ਭੇਟਾ ਕਰ ਦਿਓ। ਤੇ ਸੰਗਤਾਂ ਨੇ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰ ਕੀਤੀ ਤੇ ਆਖਿਆ, ਸਤਿਗੁਰ ਪਾਤਸ਼ਾਹ ਤੁਸੀਂ ਆਸਣ ਤੇ ਬੈਠੇ ਸੀ, ਥੋੜਾ ਥੋੜਾ ਪਾਸੇ ਕਿਉਂ ਹਟ ਗਏ, ਕੀ ਕਾਰਨ? ਤੁਸ ਜੀ ਬੁੱਧੀ ਨਾਲ ਆਪ ਜੀ ਨੂੰ ਅਸੀਂ ਪੁੱਛ ਇਹ ਸਵਾਲ ਕੀਤਾ ਹੈ। ਗੁਰੂ ਅੱਗੇ ਹੁਕਮਤਾਂ ਨੇ ਬੇਨਤੀਆਂ ਕੀਤੀਆਂ ਜਾਂਦੀਆਂ ਨੇ, ਸਤਿਗੁਰ ਪਾਤਸ਼ਾਹ ਇਹ ਚਰਨਾ ਪਾਓ ਵੀ ਕੀ ਕਾਰਨ? ਤੇ ਸਤਿਗੁਰ ਪਾਤਸ਼ਾਹ ਜੀ ਆਖਣ ਲੱਗੇ, ਸਿੱਖ ਜਪਜੀ ਸਾਹਿਬ ਦਾ ਪਾਠ ਸੁਣਾ ਰਿਹਾ ਸੀ ਨਾ ਸਾਨੂੰ, ਤੇ ਸਿੱਖ ਕਾਲਾ ਪੈ ਗਿਆ। ਸੰਪੂਰਨ ਪਾਠ ਜਪਜੀ ਸਾਹਿਬ ਦਾ ਸੁਣਾਉਂਦਾ ਤੇ ਸਾਡਾ ਮਨ
ਚਾਹੁੰਦਾ ਸੀ ਵੀ ਜਿਹੜੀ ਗੁਰਤਾ ਗੱਦੀ ਸਾਨੂੰ ਮਿਲੀ ਹੈ ਨਾ ਅੱਜ ਸਿੱਖ ਨੂੰ ਦੇ ਦਈਏ। ਸਾਡਾ ਮਨ ਕਰ ਰਿਹਾ ਸੀ ਪਰ ਜਦੋਂ ਇਹ ਜਿੰਨੀ ਨਾਮ ਤੇ ਆਇਆ ਇੱਥੇ ਇਹ ਪੰਕਤੀ ਪੜ੍ਹੀ ਨਾ ਇਹਦੇ ਮਨ ਵਿੱਚ ਖਿਆਲ ਆ ਗਿਆ ਵੀ ਘੋੜਾ ਮੈਨੂੰ ਮਿਲ ਜਾਏ। ਕਿਤਨੀਆਂ ਵੱਡੀਆਂ ਬਖਸ਼ਿਸ਼ਾਂ ਕਰਦੇ ਨੇ ਸਤਿਗੁਰ ਪਾਤਸ਼ਾਹ ਜਿਹੜਾ ਸਿੱਖ ਨਿਤਨੇਮੀ ਹੈ ਜਿਹੜਾ ਸਦਾ ਬਾਣੀ ਦੇ ਨਾਲ ਜੁੜਿਆ ਰਹਿੰਦਾ ਹੈ। ਮੇਰੇ ਸਾਹਿਬ ਜੀ ਆਖਦੇ ਨੇ ਕਹਿੰਦੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ। ਇੱਕ ਚਿੰਤਾ ਦੀ ਗੱਲ ਥੋੜ੍ਹਾ ਕਰਦੇ ਨੇ, ਸਾਰੇ ਜੀਵਨ ਦੀਆਂ ਚਿੰਤਾ ਨੂੰ ਹਰ ਲੈਂਦੀ ਹੈ ਬਾਣੀ, ਤਾਂ ਦੂਰ ਕਰ ਦਿੰਦੀ ਹੈ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਅੰਧ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਆ ਸਭ ਥਾਈ ਪਾਰ, ਬ੍ਰਹਮ ਪੂਰਨ ਪਰਮੇਸ਼ਰ ਆਵ ਰਿਹਾ ਸਭਨੀ ਦਾਈ ਰਹਾ। ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚਿਵ ਕਰਨਾ। ਤੂੰ ਇੱਕ ਦਾਨਾ ਸਾਹਿਬ ਤੁੱਠੇ ਪਾਵਾਂ, ਸਾਸ ਸਾਸ ਨਾਨਕ ਰਾਧੇ, ਆਠ ਪੈਰ ਗੁਣ ਗਾਵਾਂ, ਅੱਠੇ ਪੈਰ ਉਹਦੇ ਗੁਣ ਗਾਉਂਦੇ ਰਹੀਏ, ਬਾਣੀ ਦੇ ਨਾਲ ਜੁੜੇ ਰਹੀਏ। ਮੇਰੇ ਸਾਹਿਬ ਜੀ ਆਖਦੇ ਨੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ, ਸੱਚੀ ਬਾਣੀ ਬਾਣੀ ਦੇ ਨਾਲ ਜੁੜੀਏ। ਆਵੋ ਸਿੱਖ ਸਤਿਗੁਰ ਕੇ ਪਿਆਰਿਓ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਤੇਰੀ, ਬਾਣੀ ਆਸਿਰ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਅਰਦਾਸ ਕਰੀ ਰੱਬ ਆਪਣੇ ਆ ਗਏ, ਅਰਦਾਸ ਕਰੀ ਰੱਬ ਆਪਣੇ ਆ ਗਏ, ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਮੇਰੇ ਸਾਹਿਬ ਤੂੰ ਏ ਵਾਰਨ ਬਾਣੀ, ਮੇਰੇ ਸਾਹਿਬ ਤੂੰ ਏ ਵਾਰਨ ਬਾਣੀ, ਜੀਵਾ ਤੇਰੀ ਬਾਣੀ, ਸੁਣ ਸੁਣ 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 ਜੀਵਾ ਤੇਰੀ ਬਾਣੀ।